ਪੰਜਾਬੀ ਦੀ ਇੱਕ ਕਹਾਵਤ ਹੈ ਜੈ ਕੋਕੋ ਤੈ ਕੋਕੋ ਕੇ ਬੱਚੇ। ਅੱਜ ਅਸੀਂ ਬੜੀ ਦਿਲਚਸਪ ਸਟੋਰੀ ਲੈ ਕੇ ਆਏ ਹਾਂ ਆਪਣੇ ਦਰਸ਼ਕਾਂ ਲਈ ਐਡਮਿੰਟਨ ਤੋਂ। ਸਾਡੇ ਨਾਲ ਸਟੂਡੀਓ 'ਚ ਅੱਜ ਜਗਜੀਤ ਸਿੰਘ ਜੀ ਭੁੱਲਰ ਹਨ, ਜਿਹੜੇ ਜੱਗਾ ਦੇ ਨਾਂ 'ਤੇ ਮਸ਼ਹੂਰ ਨੇ ਔਰ ਜਿਨ੍ਹਾਂ ਦਾ ਪਿਛੋਕੜ ਪਿੰਡ ਸੋਈਆਂ ਸੰਗਰੂਰ ਦੇ ਲਾਗੇ ਸੀਗਾ ਔਰ ਬੜੀ ਮਿਹਨਤ ਕੀਤੀ ਸਾਰੇ ਪਰਿਵਾਰ ਨੇ ਹੀ ਔਰ ਬੋਕਸਿੰਗ 'ਚ ਇੱਕ ਨਾਮਣਾ ਖੱਟਿਆ। ਤਿੰਨ ਜਨਰੇਸ਼ਨ ਜਿਹੜੀਆਂ ਬੋਕਸਿੰਗ 'ਚ ਆਈਆਂ ਔਰ ਜਗਜੀਤ ਸਿੰਘ ਜੀ ਇੰਟਰਨੈਸ਼ਨਲ ਪਰਸਨੈਲਿਟੀ ਬਣੇ, ਫਾਈਨਲੀ ਰਿਟਾਇਰ ਹੋਏ ਕਾਲਜ ਤੋਂ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਦੇ ਅਤੇ ਨਾਲੇ ਨਾਲੇ NCC ਦੇ ਜਿਹੜੇ ਸੀਗੇ ਉਹ ਵੀ ਹੈੱਡ ਰਹੇ ਔਰ ਐਡਮਿੰਟਨ ਜਾ ਕੇ ਰਹਿਣ ਲੱਗ ਪਏ ਔਰ ਪਰਿਵਾਰ ਨੂੰ ਪਾਲਣ ਲੱਗ ਪਏ। ਬਹੁਤ ਵੱਡੀ ਕਾਲਨਾ ਹੈ, ਆਪਣੇ ਬੱਚਿਆਂ ਨੂੰ ਨਾਲ ਰੱਖਣਾ। ਇਹਨਾਂ ਨੇ ਆਪ ਬੋਕਸਿੰਗ 'ਚ ਮੁਕਾਮ ਬਣਾਇਆ, ਇਹਨਾਂ ਦੇ ਭਰਾਵਾਂ ਨੇ ਨਾ ਖੱਟਿਆ। ਗਾਂਹ ਮੁੰਡਾ ਜਿਹੜਾ ਟੋਨੀ ਭੁੱਲਰ ਉਹ ਵੀ ਬੋਕਸਿੰਗ 'ਚ ਅੱਗੇ ਆਇਆ। ਉਦੋਂ ਬਾਅਦ ਇਹਨਾਂ ਦੇ ਪੋਤੇ ਜਿਹੜੇ ਹੈ KB ਭੁੱਲਰ ਅਤੇ ਕੈਨੀ ਭੁੱਲਰ, ਦੋਨੋਂ ਇੰਟਰਨੈਸ਼ਨਲ ਪਲੇਅਰ ਹੈ ਬੋਕਸਿੰਗ ਦੇ, ਬਹੁਤ ਬੜੀ ਗੱਲ ਹੈ। ਔਰ ਤੀਜੀ ਜਨਰੇਸ਼ਨ ਤਾਈਂ ਐਂ ਇੱਕੋ ਜਿਹੜੀ ਗੇਮ ਨਾਲ ਜੁੜੇ ਲਾਣਾ। ਔਰ ਇੱਕ ਖਬਰ ਵੀ ਜਾਂ ਤੁਸੀਂ ਕੋਈ ਸਟੋਰੀ ਲੱਗੀ ਕਿ ਮੁੱਕੇਬਾਜ਼ਾਂ ਦਾ ਜੇਤੂ ਪਰਿਵਾਰ, ਅਜੀਤ 'ਚ ਖਬਰ ਲੱਗੀ ਕਈ ਸਾਲ ਪਹਿਲੇ। ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਦੇ ਮੁਕਾਮ ਦੀ। ਭੁੱਲਰ ਸਾਹਿਬ ਤੁਹਾਡਾ ਸਵਾਗਤ ਹੈ। ਥੈਂਕ ਯੂ ਵੈਰੀ ਮੱਚ। ਤੁਸੀਂ ਮੈਨੂੰ ਇਹ ਦੱਸੋ ਥੋੜ੍ਹਾ ਜਿਹਾ ਕਿ ਐਡੀ ਵੱਡੀ ਗੱਲ ਹੈ ਕਿ ਤੀਜੀ ਜਨਰੇਸ਼ਨ ਬੋਕਸਿੰਗ 'ਚ ਹੋਣੀ, ਉਹ ਵੀ ਇੰਟਰਨੈਸ਼ਨਲ ਲੈਵਲ 'ਤੇ, ਔਰ ਆਪਣੇ ਪਰਿਵਾਰ ਨੂੰ ਸੁਚੱਜੇ ਢੰਗ ਨਾਲ, ਤੁਹਾਡਾ ਕੀ ਯੋਗਦਾਨ ਹੈ? ਯੋਗਦਾਨ ਹੈ ਜੀ, ਇਹ ਸ਼ੌਕ ਦੀ ਗੱਲ ਹੁੰਦੀ ਹੈ ਜੀ ਵੈਸੇ। ਅਤੇ ਜਦ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਤੇ ਤਾਂ ਅਸੀਂ ਦੇਖਦੇ ਹੁੰਦੇ ਤੇ ਵੀ ਕਾਲਜ ਦੇ ਮੁੰਡੇ ਬੋਕਸਿੰਗ ਦਾ ਗਲਬ ਚੱਕੀ ਸਾਈਕਲਾਂ 'ਤੇ ਜਾਂਦੇ ਹੁੰਦੇ ਤਾਂ ਅਸੀਂ ਦੇਖਦੇ ਵੀ ਬੜਾ ਵੀ ਆਹ ਅਸੀਂ ਵੀ ਕਾਲਜ ਗਏ ਬੋਕਸਿੰਗ ਖੇਡਿਆ ਕਰਾਂਗੇ। ਅਤੇ 1958 ਦੇ ਵਿੱਚ ਜੀ ਮੈਂ 10ਵੀਂ ਪਾਸ ਕਰਕੇ ਫਿਰ ਗੌਰਮੈਂਟ ਰਣਵੀਰ ਕਾਲਜ ਸੰਗਰੂਰ ਜੁਆਇਨ ਕਰਿਆ, ਉੱਥੇ ਜਾ ਕੇ ਬੋਕਸਿੰਗ ਸ਼ੁਰੂ ਕਰਤੀ ਜੀ। ਪਹਿਲੇ ਸਾਲ ਹੀ ਜੀ ਮੈਂ ਯੂਨੀਵਰਸਿਟੀ ਚੈਂਪੀਅਨ ਆਇਆ, ਫਿਰ ਅਗਲੇ ਸਾਲ ਇੰਟਰਵਰਸਿਟੀ, 4 ਸਾਲ ਲਗਾਤਾਰ ਜੀ ਮੈਂ ਗੋਲਡ ਮੈਡਲ ਇੰਟਰਵਰਸਿਟੀ 'ਚੋਂ ਲੈਂਦਾ ਰਿਹਾ। ਅਤੇ ਇਸ ਦੇ ਨਾਲ ਨਾਲ ਹੀ ਫਿਰ ਪੰਜਾਬ ਟੀਮ ਦੇ ਵਿੱਚ ਸਿਲੈਕਟ ਹੋਇਆ। ਪੰਜਾਬ ਵਿੱਚ ਮੈਂ 4 ਵਾਰ ਨੈਸ਼ਨਲ ਅਟੈਂਡ ਕੀਤਾ ਜੀ, ਪਾਰਟੀਸਪੇਟ ਕੀਤਾ, ਜਿਹਦੇ ਵਿੱਚ 1960 ਦੇ ਵਿੱਚ ਮੈਂ ਸ਼੍ਰੀ ਲੰਕਾ ਦੀ ਕੰਪੀਟੀਸ਼ਨ ਵਾਸਤੇ ਮੈਂ ਪੰਜਾਬ ਵੱਲੋਂ ਸਿਲੈਕਟ ਹੋਇਆ ਜੀ ਪੰਜਾਬ ਦੀ ਟੀਮ 'ਚ। ਅਤੇ ਉੱਥੇ ਮੈਂ ਸਿਲਵਰ ਮੈਡਲ ਲੰਕਾ ਦੇ ਵਿੱਚ ਸਿਲੋਨ ਹੋਈ ਸੀਗੀ, ਉੱਥੇ ਜਾ ਕੇ ਮੈਂ ਸਿਲਵਰ ਮੈਡਲ ਜਿੱਤਿਆ ਜੀ। ਉਸ ਤੋਂ ਬਾਅਦ ਮੈਂ 6 ਵਾਰ ਮੈਂ ਆਲ ਇੰਡੀਆ ਬੋਕਸਿੰਗ ਨੈਸ਼ਨਲ ਦੇ ਵਿੱਚ ਪਾਰਟੀਸਪੇਟ ਕਰਕੇ ਸਿਲਵਰ ਮੈਡਲ ਹਾਸਲ ਕੀਤਾ ਜੀ। ਨੌਰਦਰਨ ਇੰਡੀਆ ਹੋਈ ਸੀਗੀ 1965 ਦੇ ਵਿੱਚ ਚੰਡੀਗੜ੍ਹ, ਉੱਥੇ ਮੈਂ ਸਿਲਵਰ ਮੈਡਲ ਜਿੱਤਿਆ ਜੀ। ਅਤੇ ਉਸ ਤੋਂ ਬਾਅਦ ਜੀ ਮੈਂ 1967 ਦੇ ਵਿੱਚ ਸਪੋਰਟਸ ਕਾਲਜ ਜਲੰਧਰ ਵਿੱਚ ਮੈਂ MA ਫਿਜ਼ੀਕਲ ਐਜੂਕੇਸ਼ਨ ਦੀ ਕਰਕੇ ਮੈਂ ਜੀ ਪ੍ਰੋਫੈਸਰ ਐਜ਼ ਏ ਬੋਕਸਿੰਗ ਕੋਚ ਲੱਗਿਆ ਪਹਿਲਾਂ ਸਪੋਰਟਸ ਕਾਲਜ ਜਲੰਧਰ ਦੇ ਵਿੱਚ, ਉੱਥੇ ਮੈਂ ਟੀਮਾਂ ਤਿਆਰ ਕਰੀਆਂ। ਅਤੇ ਸਾਡੀ ਸਪੋਰਟਸ ਕਾਲਜ ਦੀ ਟੀਮ 2 ਸਾਲ ਉੱਥੇ ਮੈਂ 2 ਸਾਲ ਰਿਹਾ, ਉੱਥੇ 2 ਫਸਟ ਆਫ ਦੀ ਰਹੀ। ਉਸ ਤੋਂ ਬਾਅਦ ਜੀ ਮੈਂ ਸੁਨਾਮ ਸ਼ਹੀਦ ਊਧਮ ਸਿੰਘ ਕਾਲਜ ਖੁੱਲ੍ਹਿਆ ਸੀ, ਉਹ ਕਾਲਜ ਵਾਲੇ ਮੈਨੂੰ ਲੈ ਗਏ ਕਿਉਂਕਿ ਵੀ ਮੈਂ ਸੰਗਰੂਰ ਦਾ ਸੀ, ਉਹ ਕਹਿੰਦੇ ਵੀ ਅਸੀਂ ਸੰਗਰੂਰ ਕਾਲਜ ਖੋਲ੍ਹਣ ਲੱਗਿਆ, ਤੁਸੀਂ ਸਾਡੇ ਏਰੀਏ 'ਚ ਆ ਕੇ ਆਪਣੇ ਕਾਲਜ ਦੀ ਹੈਲਪ ਕਰੋ ਸਾਡੀ। ਅਤੇ ਉੱਥੇ ਜਾ ਕੇ ਮੈਂ ਜੀ ਟੀਮ ਤਿਆਰ ਕਰੀ, ਜਿਹੜੀ ਕਿ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲਗਾਤਾਰ 5 ਸਾਲ ਜਿੱਤਦੀ ਰਹੀ। ਉਸ ਤੋਂ ਬਾਅਦ ਜੀ ਮੇਰੀ ਪੋਸਟਿੰਗ ਹੋ ਗਈ ਸੰਗਰੂਰ, ਮੈਂ ਟ੍ਰਾਂਸਫਰ ਹੋ ਗਿਆ ਜੀ। ਉੱਥੇ ਜਾ ਕੇ ਮੈਂ ਮੁੰਡੇ ਤਿਆਰ ਕੀਤੇ, ਨੈਸ਼ਨਲ ਲੈਵਲ ਦੇ ਮੁੰਡੇ, ਇੰਟਰਨੈਸ਼ਨਲ ਲੈਵਲ ਦੇ ਮੁੰਡੇ ਤਿਆਰ ਕੀਤੇ। ਅਤੇ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ NCC ਅਫਸਰ ਸੀ ਜੀ ਮੈਂ ਕਾਲਜ ਦੇ ਵਿੱਚ। ਮੈਂ NCC ਅਫਸਰ, ਮੇਰਾ ਰੈਂਕ ਸੀ ਮੇਜਰ ਸੀ ਮੈਂ ਜੀ। ਅਤੇ ਮੈਂ 1982 ਦੇ ਵਿੱਚ ਦਿੱਲੀ ਰਿਪਬਲਿਕ ਡੇ ਵਾਸਤੇ 4 ਸਟੇਟਾਂ ਦਾ ਕਮਾਂਡਰ ਬਣ ਕੇ ਮੈਂ ਜੀ ਸਿਲੈਕਟ ਹੋਇਆ। ਅਤੇ ਉੱਥੇ ਮੈਂ ਜਾ ਕੇ ਜੀ 80 ਲੜਕੀਆਂ 4 ਸਟੇਟਾਂ ਦੀਆਂ NCC ਕੈਡਿਟ, ਅਤੇ 120 ਲੜਕੇ NCC ਦੇ, ਇਹਨਾਂ ਨੂੰ 200 ਦਾ ਕੰਟੀਜੈਂਟ ਮੈਂ ਲੈ ਕੇ ਜੀ ਪਾਰਟੀਸਪੇਟ ਕੀਤਾ ਰਿਪਬਲਿਕ ਡੇ ਵਾਸਤੇ। ਅਤੇ ਉਸ ਤੋਂ ਬਾਅਦ 2001 ਦੇ ਵਿੱਚ ਮੈਂ ਜੀ ਸੰਗਰੂਰ ਰਣਵੀਰ ਕਾਲਜ ਤੋਂ ਐਜ ਏ ਹੈੱਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਇਆ। ਉਸ ਤੋਂ ਬਾਅਦ ਜੀ ਇੱਥੇ ਕੈਨੇਡਾ ਵਿੱਚ ਆ ਗਏ। ਭੁੱਲਰ ਸਾਹਿਬ, ਇੱਕ ਗੱਲ ਤੁਸੀਂ ਦੱਸੋ ਮੈਨੂੰ, ਪੰਜਾਬ 'ਚ ਲੋਕਾਂ ਦਾ ਰੁਝਾਨ ਕਬੱਡੀ 'ਚ ਹੈ, ਹਾਕੀ 'ਚ ਹੈ ਜਾਂ ਫੁੱਟਬਾਲ 'ਚ ਹੈ, ਤੁਹਾਡਾ ਬੋਕਸਿੰਗ 'ਚ ਰੁਝਾਨ ਕਿਵੇਂ ਹੋਇਆ? ਬੋਕਸਿੰਗ ਦੇ ਰੁਝਾਨ ਇਸ ਕਰਕੇ ਹੋਇਆ ਜੀ, ਸਾਡਾ ਸੰਗਰੂਰ ਡਿਸਟ੍ਰਿਕਟ ਸੀ ਜਿਹੜਾ, ਇਹ ਬਹੁਤ ਮਸ਼ਹੂਰ ਸੀ ਜੀ ਬੋਕਸਿੰਗ ਦੇ ਵਿੱਚ।
ਤਕਰੀਬਨ ਪੰਜਾਬ ਦੇ ਵਿੱਚ ਜ਼ਿਆਦਾ ਮੁੰਡੇ ਸੀ ਜਿਹੜੇ ਬਾਕਸਿੰਗ ਦੇ ਵਿੱਚ ਤਾਂ ਸੰਗਰੂਰ ਦੇ ਆਉਂਦੇ ਸੀਗੇ ਅਤੇ ਇਸ ਕਰਕੇ ਫਿਰ ਮੇਰਾ ਰੁਝਾਨ ਜ਼ਿਆਦਾ ਬਾਕਸਿੰਗ ਵੱਲ ਪੈ ਗਿਆ ਜੀ। ਖੇਡਿਆ ਮੈਂ ਕਬੱਡੀ ਵੀ ਹਾਂ ਜੀ, ਮੈਂ ਪੰਜਾਬ ਖੇਡਿਆ ਹੈ ਬਾਕਸ ਅਤੇ ਕਬੱਡੀ ਦੇ ਵਿੱਚ ਪੰਜਾਬ ਚੈਂਪੀਅਨ ਰਿਹਾ, ਪੰਜਾਬ ਦੀ ਟੀਮ ਦੇ ਵਿੱਚ ਨੈਸ਼ਨਲ ਵੀ ਜਾਂਦਾ ਰਿਹਾ, ਪਰ ਉਹ ਜ਼ਿਆਦਾ ਰੁਝਾਨ ਹੋਣ ਕਰਕੇ ਫਿਰ ਬਾਕਸਿੰਗ ਵੱਲ ਜ਼ਿਆਦਾ ਪੈ ਗਿਆ ਜੀ। ਜਿਹੜੀ ਤੁਹਾਡੀ ਤੀਜੀ ਜਨਰੇਸ਼ਨ ਆ ਦੇਖੋ ਬਾਕਸਿੰਗ 'ਤੇ, ਇੰਟਰਨੈਸ਼ਨਲ ਪਲੇਅਰ ਆ ਦੋਵੇਂ ਬੱਚੇ ਜਿਵੇਂ ਮੈਂ ਦੱਸਿਆ, ਕੀ ਤੁਸੀਂ ਇਹਨਾਂ ਨੂੰ ਆਪ ਹੀ ਆਪ ਮੁਹਾਰੇ ਹੀ ਇਹ ਬਾਕਸਿੰਗ 'ਚ ਆਏ ਕਿ ਤੁਹਾਡਾ ਵੀ ਕੋਈ ਇਹਨਾਂ ਨੂੰ ਗਾਈਡਲਾਈਨ ਸੀਗੀਆਂ? ਵੈਸੇ ਤਾਂ ਜੀ ਸਾਡੇ ਬਲੱਡ ਦੇ ਵਿੱਚ ਹੀ ਹੁੰਦਾ ਹੈ, ਪਰ ਉਹ ਫਿਰ ਦੇਖ ਦੇਖ ਕੇ ਉਹ ਸਾਨੂੰ ਦੇਖਦੇ ਰਹੇ, ਸਾਡੀਆਂ ਫੋਟੋਆਂ ਦੇਖਦੇ ਰਹੇ, ਸੁਣਦੇ ਰਹੇ, ਅਤੇ ਇਸ ਕਰਕੇ ਫਿਰ ਉਹਨਾਂ ਦਾ ਰੁਝਾਨ ਵੀ ਜ਼ਿਆਦਾ ਫਿਰ ਇੱਧਰ ਵੀ ਪੈ ਗਿਆ ਜੀ। ਅਤੇ ਦੇਖੋ ਤੁਹਾਡੇ ਪੋਤੇ ਜਿਹੜੇ ਤਾਂ ਬੜੇ ਕਾਮਯਾਬ ਹੋਏ ਆ ਕੈਨੇਡਾ ਦੀ ਧਰਤੀ 'ਤੇ ਆ ਕੇ। ਇੱਥੇ ਦਾ ਸਿਸਟਮ ਬੜਾ ਡਿਫਰੈਂਟ ਹੈ, ਇੱਥੇ ਨਿਆਣਿਆਂ ਨੂੰ ਜਿਹੜੀਆਂ ਅਲਾਮਤਾਂ ਹੈਗੀਆਂ ਜਿਵੇਂ ਆਪਣਾ ਕਲੱਬ ਕਲਚਰ ਹੈਗਾ ਜਾਂ ਡਰੱਗ ਹੈਗਾ, ਉਹ ਬੜਾ ਢਾਲ ਆ ਰਿਹਾ, ਅਤੇ ਤੁਸੀਂ ਬੱਚਿਆਂ ਨੂੰ ਇਹ ਸੇਧ ਕਿਵੇਂ ਦਿੱਤੀ ਕਿ ਉਹ ਚੰਗੇ ਰਾਹ 'ਤੇ ਤੁਰੇ ਰਹਿਣ? ਅਸੀਂ ਵੈਸੇ ਅਸੀਂ ਬੜੇ ਲੱਕੀ ਹਾਂ ਕਿਉਂਕਿ ਸਾਡੇ ਬੱਚਿਆਂ ਦਾ ਰੁਝਾਨ ਜ਼ਿਆਦਾ ਇੱਧਰ ਸਪੋਰਟਸ ਵੱਲ ਹੀ ਰਿਹਾ। ਉਹ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਜਿੰਮ ਜਾਂਦੇ ਨੇ ਅਤੇ ਪੂਰਾ ਪਸੀਨਾ ਲਾ ਕੇ ਪ੍ਰੈਕਟਿਸ ਕਰਕੇ ਆਉਂਦੇ ਨੇ, ਅਤੇ ਸਾਨੂੰ ਵੀ ਬੜੀ ਖੁਸ਼ੀ ਮਿਲਦੀ ਹੈ ਅਤੇ ਬੱਚੇ ਵੀ ਬੜੇ ਖੁਸ਼ ਰਹਿੰਦੇ ਨੇ। ਤੁਸੀਂ ਪੰਜਾਬ ਵਿਜਿਟ ਕਰਦੇ ਰਹਿੰਦੇ? ਹਾਂਜੀ, ਪੰਜਾਬ ਮੈਂ ਤਕਰੀਬਨ ਹਰ ਸਾਲ ਹੀ ਜਾਂਦਾ ਜੀ, ਦੋ ਚਾਰ ਮਹੀਨੇ ਮਤਲਬ ਲਾ ਕੇ ਆਉਣਾ ਅਤੇ ਆਉਂਦੇ ਜਾਂਦੇ ਰਹਿੰਦੇ ਜੀ, ਹਰ ਸਾਲ ਹੀ ਜਾਈਦਾ ਜੀ। ਅਤੇ ਪੰਜਾਬ ਦੇ ਬੱਚੇ ਜਿਹੜੇ ਜਵਾਨ ਹੈ ਉਹਨਾਂ ਨੂੰ ਦੇਖਦੇ ਹੋਏ ਔਰ ਕੈਨੇਡਾ ਦੇ ਬੱਚੇ ਜਿਹੜੇ ਜਵਾਨ ਹੈ ਉਹਨਾਂ ਨੂੰ ਦੇਖਦੇ ਹੋਏ ਤੁਹਾਡਾ ਕੀ ਪ੍ਰਤੀਕਰਮ ਹੈ? ਪੰਜਾਬ ਦੇ ਵਿੱਚ ਬੱਚੇ ਹੁਣ ਜੀ ਉਹ ਟੀਵੀਆਂ ਕਰਕੇ, ਜਦ ਸਾਡੇ ਵੇਲੇ ਜਦ ਅਸੀਂ ਖੇਡਦੇ ਤੇ ਉਦੋਂ ਤਾਂ ਇੰਨੀਆਂ ਟੀਵੀ ਦਾ ਜ਼ੋਰ ਨਹੀਂ ਸੀ ਹੁੰਦਾ, ਹੁਣ ਬੱਚੇ ਗਰਾਊਂਡ 'ਚ ਬਹੁਤ ਘੱਟ ਆਉਂਦੇ ਨੇ। ਅਤੇ ਸਾਡੇ ਵੇਲੇ ਤਾਂ ਜ਼ਿਆਦਾ ਬੱਚੇ ਸਵੇਰੇ ਮਤਲਬ ਮੈਂ ਕਾਲਜ ਦੇ ਵਿੱਚ ਵਿੰਗ ਇੰਚਾਰਜ ਰਿਹਾ, ਸਪੋਰਟਸ ਵਿੰਗ ਸੀ, ਅਤੇ ਬੱਚੇ ਦੇਖ ਲਓ ਵੀ 6 ਵਜੇ ਤੋਂ 9 ਵਜੇ ਤੱਕ 3 ਘੰਟੇ ਲਗਾਤਾਰ ਪ੍ਰੈਕਟਿਸ ਕਰਦੇ, ਅਤੇ ਹੁਣ ਤਾਂ ਅੱਜ ਕੱਲ੍ਹ ਬੱਚੇ ਕੋਈ ਗਰਾਊਂਡ 'ਚ ਆਉਂਦਾ ਹੀ ਕੋਈ ਨਹੀਂ। ਅਤੇ ਤੁਸੀਂ ਦੇਖੋ ਹੁਣ 73 ਸਾਲ ਦੇ ਹੋ ਗਏ, ਉਹ ਲੱਗਦੇ ਨਹੀਂ 73 ਸਾਲ ਦੇ, ਅੱਜ ਦੀ ਤਰੀਕ 'ਚ ਵੀ ਤੁਸੀਂ ਕੋਈ ਐਕਸਰਸਾਈਜ਼ ਦਾ ਰੂਟੀਨ ਬਣਾਇਆ ਦਾ? ਹਾਂਜੀ, ਮੇਰਾ ਰੂਟੀਨ ਇਹ ਆ ਜੀ, ਮੈਂ ਇੱਕ ਟਾਈਮ ਸਵੇਰੇ ਮੈਂ ਵਾਕ ਕਰਦਾ 2 ਮੀਲ 4 ਮੀਲ ਮਤਲਬ ਸਵੇਰੇ ਉੱਠ ਕੇ, ਅਤੇ ਸ਼ਾਮ ਨੂੰ ਮੈਂ 1 ਘੰਟਾ 1.5 ਘੰਟਾ ਜੀ ਟ੍ਰੈਡਮਿਲ 'ਤੇ ਜਾਂ ਸਾਈਕਲ ਚਲਾਉਂਦਾ ਜੀ, ਮੈਂ ਪਸੀਨਾ ਰੋਜ਼ ਮਤਲਬ ਅਜੇ ਵੀ ਪ੍ਰੈਕਟਿਸ ਮੈਂ ਕਰਦਾ। ਅਤੇ ਤੁਸੀਂ ਕੋਈ ਦਵਾਈ ਵਗੈਰਾ ਵੀ ਲੈਂਦੇ ਹੋ, ਬਲੱਡ ਪ੍ਰੈਸ਼ਰ ਵਗੈਰਾ ਜਾਂ ਡਾਇਬਟੀਜ਼ ਦੀ? ਦਵਾਈ ਵੈਸੇ ਮਾੜੀ ਮੋਟੀ ਕਿਤੇ ਸ਼ਿਕਾਇਤ ਹੋ ਜਾਵੇ ਜੀ ਤਾਂ ਲੈ ਲਈਦੀ ਹੈ, ਵੈਸੇ ਕੋਈ ਮੈਂ ਦਵਾਈ ਲੈਂਦਾ ਜੀ। ਅਤੇ ਜੇ ਇੱਥੇ ਆਪਣੇ ਬੱਚੇ ਦੇਖੋ ਹੁਣ ਜਵਾਨ ਹੋ ਰਹੇ ਹੈ, ਉਹਨਾਂ ਨੂੰ ਸਪੋਰਟਸ ਅਟਰੈਕਟ ਕਰਨਾ ਚਾਹੀਦਾ, ਕੋਈ ਬਾਕਸਿੰਗ ਦਾ ਇੱਥੇ ਨਹੀਂ ਤੁਸੀਂ ਕੋਈ ਰੁਝਾਨ ਸੈੱਟ ਕੀਤਾ ਜਿਹਨਾਂ ਬੱਚਿਆਂ ਨੂੰ ਇਕੱਠੇ ਕਰਕੇ ਤੁਸੀਂ ਗਾਈਡ ਕਰੋ? ਇੱਥੇ ਬਸ ਇਸੇ ਕਰਕੇ ਨਹੀਂ ਕੀਤਾ ਜੀ ਕਿਉਂਕਿ ਜ਼ਿਆਦਾ ਰੁਝਾਨ ਆਉਂਦੇ ਜਾਂਦੇ ਰਹਿੰਦੇ, ਇੰਡੀਆ ਚਲੇ ਜਾਈਦਾ, ਬੱਚੇ ਨੇ ਜਿਹੜੇ ਆਪਦੇ ਆਪਦੇ ਕਲੱਬਾਂ ਦੇ ਵਿੱਚ ਜਾਂਦੇ ਨੇ, ਇਸ ਕਰਕੇ ਜ਼ਿਆਦਾ ਮੈਂ ਕਦੇ ਇੱਧਰ ਮਤਲਬ ਨਹੀਂ ਕੋਸ਼ਿਸ਼ ਕੀਤੀ ਜੀ। ਤੁਹਾਡੇ ਵਰਗੇ ਗ੍ਰੈਂਡ ਪੇਰੈਂਟਸ ਬੜੇ ਆ ਕੈਨੇਡਾ 'ਚ ਔਰ ਉਹਨਾਂ 'ਤੇ ਜ਼ਿੰਮੇਦਾਰੀ ਆ ਬੱਚਿਆਂ ਨੂੰ ਸਾਂਭ ਸੰਭਾਲ ਦੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਪੇਰੈਂਟਸ ਨੂੰ ਚਾਹੀਦਾ ਵੀ ਬੱਚਿਆਂ ਨੂੰ ਜ਼ਿਆਦਾ ਸਪੋਰਟਸ ਵੱਲ ਪਾਉਣ, ਉਹਨਾਂ ਦਾ ਥੋੜ੍ਹਾ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਜਿਹੜਾ ਹੈ ਨਾ ਪ੍ਰੇਮ ਨਾਲ ਦੋਸਤਾਨਾ ਤੌਰ 'ਤੇ ਉਹਨਾਂ ਨੂੰ ਸਮਝਾਉਣ ਤਾਂ ਕਿ ਉਹ ਮਤਲਬ ਨਸ਼ਿਆਂ ਤੋਂ ਜਾਂ ਦੂਸਰੇ ਕੰਮਾਂ ਤੋਂ ਬਚੇ ਰਹਿਣ ਅਤੇ ਸਪੋਰਟਸ ਵੱਲ ਜ਼ਿਆਦਾ ਧਿਆਨ ਦੇਣ। ਤੁਹਾਡੇ ਪੋਤੇ ਜਿਹੜੇ ਉਹ ਤੁਹਾਡੇ ਨਾਲ ਪਿਆਰ ਕਰਦੇ? ਮੇਰੇ ਪੋਤੇ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ ਜੀ, ਜਿਹਨੇ ਜੇ ਮੈਨੂੰ ਨਾ ਮਿਲ ਲੈਣ ਤਾਂ ਸਵੇਰੇ ਮਤਲਬ ਗੁੱਡ ਮਾਰਨਿੰਗ ਨਾ ਕਰ ਲੈਣ ਤਾਂ ਉਹ ਸਕੂਲ ਨਹੀਂ ਜਾਂਦੇ, ਕਾਲਜ ਨਹੀਂ ਜਾਂਦੇ। ਅੱਜ ਪੂਰਾ ਕੈਨੇਡਾ ਸਾਨੂੰ ਦੇਖ ਰਿਹਾ ਸਾਡੇ ਟੀ ਵੀ ਸ਼ੋਅ ਦੇ ਰਾਹੀਂ, ਤੁਹਾਡਾ ਕੀ ਸੰਦੇਸ਼ ਹੈ ਪੰਜਾਬੀ ਭਾਈਚਾਰੇ ਲਈ ਜਿਹੜਾ ਕੈਨੇਡਾ 'ਚ ਬੈਠਾ? ਮੇਰਾ ਸੰਦੇਸ਼ ਇਹੀ ਹੈ ਜੀ, ਮੈਂ ਸਾਰੇ ਭੈਣ ਭਾਈਆਂ ਨੂੰ ਸਾਰੇ ਬਜ਼ੁਰਗਾਂ ਨੂੰ ਇਹੀ ਬੇਨਤੀ ਕਰਦਾ ਕਿ ਕਿਉਂਕਿ ਸਭ ਤੋਂ ਮੇਨ ਚੀਜ਼ ਬੱਚੇ ਨੇ, ਆਪਣੀ ਦੌਲਤ ਹੈ ਜਿਹੜੀ ਇਹ ਬੱਚੇ ਨੇ, ਬੱਚਿਆਂ ਵੱਲ ਤੁਸੀਂ ਕਮਾਈ ਵੱਲ ਘੱਟ ਧਿਆਨ ਦੇ ਕੇ ਬੱਚਿਆਂ ਵੱਲ ਜ਼ਿਆਦਾ ਧਿਆਨ ਦਿਓ ਤਾਂ ਕਿ ਤੁਹਾਡੇ ਬੱਚੇ ਨੇ ਜਿਹੜੇ ਉਹ ਸਹੀ ਰਾਹ 'ਤੇ ਚੱਲਣ ਅਤੇ ਆਪਣਾ ਆਪਣਾ ਵਧੀਆ ਸੈੱਟ ਹੋ ਜਾਣ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।